ਦੁਨੀਆ ਦੀ ਜਿਹੜੀ ਸਿਰਮੌਰ ਯੂਨੀਵਰਸਿਟੀ ਹੈ, ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਜਿੱਥੋਂ ਪੰਜਾਬ ਨੇ ਇਸ ਦੇ ਰਾਹੀਂ ਬਹੁਤ ਵੱਡੀ ਤਰੱਕੀ ਕੀਤੀ। ਅਸੀਂ ਖੇਤੀ ਪ੍ਰਧਾਨ ਸੂਬਾ, ਇਸ ਯੂਨੀਵਰਸਿਟੀ ਨੇ ਬਹੁਤ ਮਿਹਨਤ ਕਰਕੇ ਪੰਜਾਬ ਦਾ ਜਿਹੜਾ ਵਾਤਾਵਰਨ ਵੀ ਚੰਗਾ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਜਿਹੜੀ ਖੇਤੀਬਾੜੀ ਉਹਦੇ ਵੱਡੇ ਸੁਧਾਰ ਲਿਆ ਕੇ ਵੱਡੀ ਤਰੱਕੀ ਕੀਤੀ। 40 ਲੱਖ ਦੀ ਕੈਪੀਟਲ ਗ੍ਰਾਂਟ ਮਿੱਤੀ ਗਈ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਕਿਸਾ ਦੇਖਦੇ ਹੋ ਵੀ ਬੜਾ ਕੁਛ ਦੇਖਣ ਨੂੰ ਮਿਲਦਾ ਕਿ ਯੂਨੀਵਰਸਿਟੀ ਵਿੱਚ। ਇਹ ਸਾਡੀ ਯੂਨੀਵਰਸਿਟੀ ਹੈ ਅਤੇ ਸਾਡੀ ਸਰਕਾਰ ਆ, ਸਾਡਾ ਫਰਜ਼ ਹੈ ਪੰਜਾਬ ਦੇ ਲੋਕਾਂ ਲਈ। ਵਾਈਸ ਚਾਂਸਲਰ ਸਾਹਿਬ ਗਏ ਸਨ ਤਾਂ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ, ਅਸੀਂ ਸਾਰਿਆਂ ਨੇ ਜਿਹੜਾ ਸੋਚ ਹੈ ਚੀਫ ਮਿਨਿਸਟਰ ਦੀ ਕਿ ਸਾਡੀ ਖੇਤੀਬਾੜੀ ਤਰੱਕੀ ਕਰੇ। ਦੇਖੋ ਉਹਨਾਂ ਸਰਕਾਰਾਂ ਦੀ ਇਹ ਚਾਹੀਦਾ ਨਹੀਂ ਰੋਕਣਾ ਇਹਨਾਂ ਨੂੰ, ਕਿਉਂਕਿ ਪੰਚਾਇਤਾਂ 'ਚ ਹੀ ਸਾਰੇ ਮਸਲੇ ਹੱਲ ਹੁੰਦੇ ਆ। ਉਹਨਾਂ ਨੂੰ ਕਿਸਾਨ ਪੰਚਾਇਤ ਕਰਨ ਦੇਣੀ ਚਾਹੀਦੀ। ਮੈਂ ਤਾਂ ਇੱਕੋ ਗੱਲ ਨਿਬੇੜ ਦਿੱਤੀ ਹੈ ਵੀ ਉਹ ਪੰਚਾਇਤ ਵਿੱਚ ਬਹੁਤ ਵੱਡੇ ਮਸਲੇ ਹੱਲ ਹੋਣੇ ਆ, ਉਹਨੂੰ ਕਰਨ ਦੇਣਾ ਚਾਹੀਦਾ। ਕੀ ਨਾਮ? ਜਗਿੰਦਰ ਸਿੰਘ। ਕੀ ਨਾਮ ਬਾਪੂ ਜੀ? ਜਗਿੰਦਰ ਸਿੰਘ ਜੀ। ਅੱਛਾ, ਕਿੱਥੋਂ ਆਏ ਹੋ ਜੀ? ਮੇਰਾ ਪਿੰਡ ਚਕਰਾ ਮਹਿਤਿਆਂ ਸਾਹਿਬ। ਕਿਹੜਾ ਜ਼ਿਲ੍ਹਾ ਪੈਂਦਾ ਜੀ? ਲੁਧਿਆਣਾ ਜੀ। ਲੁਧਿਆਣਾ ਤੇ ਕੀ ਦੇਖਿਆ ਜੀ ਕਿਸਾਨ ਮੇਲੇ 'ਚ ਅੱਜ? ਫਿਰ ਇੱਥੇ ਮਸ਼ੀਨਰੀ ਦੇਖੀ ਆ, ਕਈਆਂ ਦੇ ਤਾਂ ਨਾਮ ਨਹੀਂ ਆਉਂਦੇ ਕੀ ਹੈਗਾ ਕੀ ਨਹੀਂ। ਬਸ ਖੇਤੀ ਕੋਈ ਬਦਲੀ ਹੈ ਜੀ? ਪਹਿਲਾਂ ਲੜੋ ਕੋਈ ਫਰਕ ਪਿਆ ਜੀ? ਬਦਲੀ ਵੀ ਆ ਕੁਛ, ਪਹਿਲਾਂ ਵਾਲੀ ਵੀ ਹੈਗੀ ਆ। ਹਾਂ, ਮੇਰਾ ਛੋਟਾ ਭਰਾ ਤਾਂ ਹਰੇਕ ਸਾਲ ਆਉਂਦਾ, ਮੈਂ 3-4 ਸਾਲਾਂ ਬਾਅਦ ਅੱਜ ਮੈਨੂੰ ਨਾਲ ਲਿਆ, ਬੈਠਾ ਬੈਠਾ ਬੁਰਾਰ ਕੇ ਉਹ ਜ਼ਿਲ੍ਹਾ ਦੇ ਕੇ ਆ ਕੇ ਬਹਿ ਗਏ। ਕੋਈ ਪੁਰਾਣਾ ਸਾਥੀ ਮਿਲਿਆ ਜੀ? ਪੁਰਾਣੇ ਸਾਥਾਂ ਨਹੀਂ ਕੋਈ ਨਹੀਂ ਮਿਲਿਆ, ਇੱਧਰ ਕੱਠ ਕੁੱਠ ਜਾ ਰਹੇ। ਪੁਰਾਣਾ ਸਾਥੀ ਕੋਈ ਨਹੀਂ ਮਿਲਿਆ ਜੀ। ਹੋਰ ਕੀ ਕੁਝ ਦੇਖਣ ਨੂੰ ਮਿਲਿਆ ਜੀ ਕਿਸਾਨ ਮੇਲੇ 'ਚ? ਪਹਿਲਾਂ ਜਿੱਦਾਂ ਹੁੰਦਾ ਸੀ ਹੁਣ ਕੋਈ ਫਰਕ ਪਿਆ ਜੀ? ਪਹਿਲਾਂ ਨਾਲੋਂ ਪਹਿਲਾਂ ਵਧੀ ਜਾਂਦਾ ਕੰਮ ਤਾਂ ਜੀ, ਨਵੇਂ ਸਾਲ ਤੋਂ ਸਾਲ ਜਿਹੜੀ ਚੀਜ਼ ਆਉਂਦੀ ਹੈ ਵੱਧ ਤਕਨੀਕ ਵਾਲਾ, ਉਹਨਾਂ ਕੋਲ ਜੱਟ ਕੋਲ ਪੈਸਾ ਹੈ ਨਹੀਂ ਜਿੰਨਾ ਉਹ ਮਸ਼ੀਨਾਂ ਦੇ ਮੁੱਲ ਦੱਸਦੇ ਆ, ਬਹੁਤ ਮਹਿੰਗੀਆਂ ਜ਼ਿਆਦਾ ਆ। ਉਹਨੇ ਹੁਣ ਪਾਵਰ ਨਹੀਂ ਰਹੀ ਜਿਵੇਂ ਬਾਈ ਜੀ ਨੇ ਦੱਸਿਆ ਤੁਹਾਨੂੰ, ਬਈ ਐਂ ਆ ਵੀ ਜਾਣੀ ਮਾੜੇ ਜ਼ਿਮੀਂਦਾਰ ਦੇ ਤਾਂ ਹਾਲ ਮਾੜੇ ਹੁੰਦੇ ਜਾਂਦੇ ਦੋਨੋਂ ਕਰਦੇ ਨੇ। ਇਹ ਦੁਨੀਆ ਦੀ ਜਿਹੜੀ ਸਿਰਮੌਰ ਯੂਨੀਵਰਸਿਟੀ ਹੈ, ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਜਿੱਥੋਂ ਪੰਜਾਬ ਨੇ ਇਸ ਦੇ ਰਾਹੀਂ ਬਹੁਤ ਵੱਡੀ ਤਰੱਕੀ ਕੀਤੀ। ਅਸੀਂ ਖੇਤੀ ਪ੍ਰਧਾਨ ਸੂਬਾ, ਇਸ ਯੂਨੀਵਰਸਿਟੀ ਨੇ ਬਹੁਤ ਮਿਹਨਤ ਕਰਕੇ ਪੰਜਾਬ ਦਾ ਜਿਹੜਾ ਵਾਤਾਵਰਨ ਵੀ ਚੰਗਾ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਜਿਹੜੀ ਖੇਤੀਬਾੜੀ ਉਹਦੇ ਵੱਡੇ ਸੁਧਾਰ ਲਿਆ ਕੇ ਵੱਡੀ ਤਰੱਕੀ ਕੀਤੀ। 40 ਲੱਖ ਦੀ ਕੈਪੀਟਲ ਗ੍ਰਾਂਟ ਮਿੱਤੀ ਗਈ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਕਿਸਾ ਦੇਖਦੇ ਹੋ ਵੀ ਬੜਾ ਕੁਛ ਦੇਖਣ ਨੂੰ ਮਿਲਦਾ ਕਿ ਯੂਨੀਵਰਸਿਟੀ ਵਿੱਚ। ਇਹ ਸਾਡੀ ਯੂਨੀਵਰਸਿਟੀ ਹੈ ਅਤੇ ਸਾਡੀ ਸਰਕਾਰ ਆ, ਸਾਡਾ ਫਰਜ਼ ਹੈ ਪੰਜਾਬ ਦੇ ਲੋਕਾਂ ਲਈ। ਵਾਈਸ ਚਾਂਸਲਰ ਸਾਹਿਬ ਗਏ ਸਨ ਤਾਂ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ, ਅਸੀਂ ਸਾਰਿਆਂ ਨੇ ਜਿਹੜਾ ਸੋਚ ਹੈ ਚੀਫ ਮਿਨਿਸਟਰ ਦੀ ਕਿ ਸਾਡੀ ਖੇਤੀਬਾੜੀ ਤਰੱਕੀ ਕਰੇ। ਦੇਖੋ ਉਹਨਾਂ ਸਰਕਾਰਾਂ ਦੀ ਇਹ ਚਾਹੀਦਾ ਨਹੀਂ ਰੋਕਣਾ ਇਹਨਾਂ ਨੂੰ, ਕਿਉਂਕਿ ਪੰਚਾਇਤਾਂ 'ਚ ਹੀ ਸਾਰੇ ਮਸਲੇ ਹੱਲ ਹੁੰਦੇ ਆ। ਉਹਨੂੰ ਕਿਸਾਨ ਪੰਚਾਇਤ ਕਰਨ ਦੇਣੀ ਚਾਹੀਦੀ। ਮੈਂ ਤਾਂ ਇੱਕੋ ਗੱਲ ਨਿਬੇੜ ਦਿੱਤੀ ਹੈ ਵੀ
ਉਹ ਪੰਚਾਇਤ ਵਿੱਚ ਬਹੁਤ ਵੱਡੇ ਮਸਲੇ ਹੱਲ ਹੋਣੇ ਆ, ਉਹਨੂੰ ਕਰਨ ਦੇਣਾ ਚਾਹੀਦਾ।